कौन मेरे नाल दरिया के किनारे बोलन वाले मंडी वाले मुंडी कूक आई है मेरे पुत्र दे कत्ल दिया मनता मन के ना हाथ पानी विच पाए तुसा गल नहीं समझी बुढ़ी हो तू कही है मैं धीया पाक मुहम्मद दी अत नाम मेरा सहारा है बीबिया दिए ते गुजर दौलत दा लालच तेनु दे दियां नेक सलाए जे आखें ते हुणे घर तेरा देवां जन्नत विच मरवां
ਬਲਾਵੀ ਇਹ ਹੱਕ ਬਣਦਾ ਹੈ ਹੁਸੈਨ ਦੇ ਹੱਕ ਬਣਦਾ ਹੈ ਮਾਤਮੀ ਹੋਣ ਦਾ ਇਤਨਾ ਹੀ ਗਿਰੀਆ ਬਣਦਾ ਜਿਤਨਾ ਤੁਸੀਂ ਕਰ ਲਿਆ ਦੋ ਗੱਲਾਂ ਸੁਣੋ ਦੋ ਬੈਣ ਕੋਈ ਲੰਬੀ ਮਜਲਿਸ ਨਹੀਂ ਹੋਰ ਉਹ ਸ਼ਹੀਦ ਕਰਬਲਾ ਦਾ ਡੋਕ ਦੇ ਗੈਰਤ ਮੰਦਾ ਜਿਸ ਦੀ ਲਾਸ਼ ਵੀ ਹੁਸੈਨ ਖੈਮੇ ਲੈ ਇਹ ਗੱਲ ਸਮਝਿਆ ਜੀ ਹਾਲਾਂਕਿ ਹਾਸ਼ਮੀਆਂ ਦੀਆਂ ਲਾਸ਼ਾਂ ਖੈਮੇ ਗਈਆਂ ਹੋਰ ਦੀ ਲਾਸ਼ ਖੈਮੇ ਕਿਉਂ ਗਈ ਕਰੀਮਾ ਮਾਂ ਦਾ ਪੁੱਤਰ ਆਈ ਇਸ ਵਾਸਤੇ ਹੋਰ ਦੀ ਲਾਸ਼ ਇਮਾਮ ਖੈਮੇ ਲੈ ਆਏ ਮਤਲਬ ਕੱਲ ਨੂੰ ਕੋਈ ਇਹ ਨਾ ਆਖੇ ਸਹਿਦਾ ਹੋਰ ਨੂੰ ਦਿਲੋਂ ਮਾਫ ਨਹੀਂ ਕੀਤਾ ਮੈਂ ਪੀਰ ਅਕਮਲ ਸ਼ਾਹ ਜੀ ਇੱਥੇ ਇੱਕ ਵਹਿਣ ਪੜ੍ਹਦਾ ਅਤੇ ਮਜਲਿਸ ਮੁੱਕਦੀ ਹੈ ਜੀ ਅਤੇ ਕਿੰਨਾ ਹੀ ਤੂੰ ਆਜ਼ਾਦਾਰ ਹੈ ਤੂੰ ਤੇ ਆਏ ਹੀ ਰੋਵਣ ਮੇਰਾ ਦਿਲ ਤੈਨੂੰ ਇੱਕ ਮੰਜ਼ਰ ਵਿਖਾ ਦੇਵਾਂ ਜ਼ਿੰਦਗੀ ਦੀਆਂ ਮੁਲਾਕਾਤਾਂ ਹੌਸਲੇ ਦੇ ਨਾਲ ਗਿਰੀਆ ਬੜਾ ਹੋ ਗਿਆ ਇਬਾਦਤ ਤੂੰ ਕਰ ਬੈਠੇ ਦੋ ਗੱਲਾਂ ਮੇਰੀਆਂ ਸੁਣ ਲਓ ਇਸ ਵਾਸਤੇ ਇਮਾਮ ਹੁਸੈਨ ਹੋਰ ਦੀ ਲਾਸ਼ ਖੈਮੇ 'ਚ ਲੈ ਕੱਲ ਨੂੰ ਲੋਕ ਇਹ ਨਾ ਆਖ ਮੈਂ ਦਿਲੋਂ ਮਾਫ ਕਰ ਦੇ ਅਤੇ ਇਸ ਦੀਆਂ ਬਹਿਣਾਂ ਜੋ ਵਿਰਾਹ ਆਖਿਆ ਹੈ ਫਿਰ ਇਸ ਦੀ ਲਾਸ਼ ਵੀ ਇਹਨੇ ਮਾਫ ਕੀਤਾ ਨਾ ਹੁਸੈਨ ਬਾਬਾ ਜੀ ਹੋਰ ਨੂੰ ਜੋ ਜ਼ੈਨਬ ਜੀ ਬਹਿਣ ਹੋਰ ਦੀ ਲਾਸ਼ 'ਤੇ ਬਹਿਣ ਅੱਜ ਨਾ ਮੁਹਰਮ ਹੈ ਅੱਜ ਆਖਰੀ ਦਿਨ ਆਖਰੀ ਰਾਤ ਬਹਿਣ ਬਿਰਾਵਾਂ ਨੇ ਮੰਡੀ ਦੇ ਗੈਰਤਮੰਦਾਂ ਇਹ ਆਵਣ ਵਾਲੀ ਰਾਤ ਉਹ ਰਾਤ ਹੈ ਜਦੋਂ ਬਿਰਾ ਬਹਿਣ ਦੇ ਹੱਥ ਚੁੰਮਤ ਰਹੀ ਹੈ ਬਹਿਣ ਵੀਰ ਦੀ ਗਰਦਨ ਚੁੰਮਤ ਰਹੀ ਹੈ ਬਸ ਮੈਂ ਕੋਈ ਤਰ੍ਹਾਂ ਇਮਤਿਹਾਨ ਨਹੀਂ ਲੈਣਾ ਬੜੇ ਪੁਰਸੇ ਹੋਏ ਬੜੀਆਂ ਮਦਲਸਾਂ ਹੋਈਆਂ ਕੋਈ ਹਸਰਤ ਨਹੀਂ ਸਿਰਫ ਦੋ ਗੱਲਾਂ ਸੁਣ ਲਓ ਇਹ ਅੱਜ ਤੇ ਕੱਲ੍ਹ ਦਾ ਦਿਨ ਕੋ ਤੇਰਾ ਮੇਰਾ ਮੁਹਤਾਜ ਨਹੀਂ ਹੁਸੈਨ ਉਹ ਗਰੀਬ ਹੈ ਜਿਹਨੂੰ ਜ਼ਮੀਨ ਟੁੱਟੀ ਜਿਹਨੂੰ ਆਸਮਾਨ ਰੋਣਾ ਪਿਆ ਜਿਹਨੂੰ ਹੈਵਾਨ ਰੋਣੇ ਚਾਚਾ ਜੀ ਹੁਸੈਨ ਉਹ ਮਜ਼ਲੂਮ ਹੈ ਜਿਹਨੂੰ 40 ਸਾਲ ਸਜ਼ਾ ਮਲਾ ਹੋਈ ਬਸ ਦੋ ਗੱਲਾਂ ਸੁਣੋ 4 ਸਾਲ ਦੀ ਬੱਚੀ ਹੈ ਜਿਹੜੀ ਮਾਂ ਦੇ ਸਾਹਮਣੇ ਇੱਕ ਗੰਢ ਹੋਈ ਬੈਠੀ ਜਿਹੜਾ ਬਿਲਕੁਲ ਨਹੀਂ ਥੱਕ ਗਿਆ ਉਹ ਬੰਦਾ ਕੋਸ਼ਿਸ਼ ਕਰ ਸੀ ਬਹਿਣ ਦੀ ਗੰਢ ਖੋਲ ਕੇ ਤੇ ਮਾਂ ਤੋਂ ਮੁਖਾਤਰ ਹੋ ਕੇ ਪਈ ਜਾਂਦੀ ਅੰਮਾ ਅੰਮਾ ਇਹ ਜਿਹੜੀ ਚਾਦਰ ਹੈ ਨਾ ਇਹ ਮੈਨੂੰ ਭੁੱਖੀ ਜ਼ਹਿਰ ਦਿੱਤੀ ਮੈਂ ਜਿਹੜਾ ਮੁਰਖ ਹੈ ਇਹ ਉਮੇ ਕੋਲ ਸੌਂ ਦਿੱਤਾ ਅੰਮਾ ਜਿਹੜਾ ਹੱਥਾਂ ਦਾ ਜ਼ੇਵਰ ਹੈ ਇਹ ਸੈਨ ਰੁਪਈਆ ਦਿੱਤਾ ਅੰਮਾ ਜਿਹੜੇ ਕੰਨਾਂ ਦੇ ਜ਼ੇਵਰ ਹਨ ਇਹ ਮੇਰੀਆਂ ਪਹਿਣਾਂ ਦਿੱਤੇ ਜੇ ਥੱਕ ਨਹੀਂ ਗਿਆ ਤੇ 70 ਸੁਣੀ ਹੈਰਾਨ ਕੋ ਨਿਗਾਹੀ ਦੇ ਨਾਲ ਵੇਖ ਕੇ ਹੋਰ ਦੀ ਜ਼ੌਜਾ ਪਈਆ ਦੀਏ ਮੇਰੀ ਬੇਟੀ ਯਾਦ ਤੇ ਵੰਝੇ ਨਾਮ ਅਤੇ ਜੇ ਗਈ ਆਵੇਂ ਫਿਰ ਇਹ ਸਮਾਨ ਨਾ ਲੈ ਆਵਿਆ ਹੁਣ ਤੇਰਾ ਮੰਨਣ ਤਾਂ ਮੈਂ ਲੁਕਾ ਸਕਦੀ ਹਾਂ ਲੇਕਿਨ ਇਹ ਤੇਰਾ ਸਮਾਨ ਕਿੱਥੇ ਛੁਪੇ ਸਾ ਉਸ ਕੈਫੀਅਤ 'ਚ ਬਾਰਾਂ ਮੈਂ ਤੇਰੇ ਦੋਸਤ ਦਾ ਸੁਣਾ ਮਾਂ ਦੇ ਪਾਸੇ ਰੋ ਕੇ ਆਦੀ ਅੰਮਾ ਇਸ ਵਾਸਤੇ ਡਰ ਗਈ ਹੈ ਜੋ ਮੇਰਾ ਪਿਓ ਯਜ਼ੀਦੀ ਫੌਜ ਨਜ਼ਰ ਨਹਿਰ ਕੋਸ਼ਿਸ਼ ਕਰੇ ਮੈਂ ਬਿਸਮਿਲਲਾ ਕਰਾਂ ਅੱਜ ਨਾ ਰੋ ਸੁੱਤ ਕਦਮ ਰੋ ਅੰਮਾ ਇਸ ਵਾਸਤੇ ਡਰ ਗਈ ਮੇਰਾ ਪਿਓ ਯਜ਼ੀਦੀ ਫੌਜ ਨਜ਼ਰ ਨਹਿਰ ਨਾ ਰੋ ਹਾਏ ਤੇਰੇ ਵਸ 'ਚ ਅਦੀ ਅੰਮਾ ਤੂੰ ਘਬਰਾ ਨਹੀਂ ਜਿਸ ਵੇਲੇ ਮੇਰਾ ਬਾਬਾ ਆਪਣੇ ਘਰ 'ਚ ਤੂੰ ਖੈਮਾ ਤਬਦੀਲ ਕਰ ਦੇਣਾ ਮੈਂ ਜਾਣਾ ਮੈਂ ਉਹ ਲਿਖਦਾ ਬਾਬਾ ਜਾਣਾ ਇਹ ਤਾਂ ਬਹਿਣ ਵਿਰਾਹ ਦੀ ਦਿੱਤੀ ਹੋਈ ਖੈਰਾਤ ਹੈ ਬੰਦਾ ਕਿਹੜਾ ਜਿਹੜਾ ਹੋਵੇ ਸ਼ੀਆ ਤੇ ਰਾਜ ਨਾ ਕਰੇ ਅਜੇ ਮਾਂ ਅਤੇ ਧੀ ਦੀਆਂ ਮੰਡੀ ਵਾਲਿਆਂ ਗੱਲਾਂ ਪਈਆਂ ਹੁੰਦੀਆਂ
ਅੱਲਾਹ ਦੀ ਕਸਮ ਹੈ ਜਹੋਰ ਦਰਵਾਜ਼ੇ ਦੇ ਅੰਦਰ ਕਦਮ ਰੱਖਾ। ਜਿਹੜਾ ਬੰਦਾ ਦੀਨ ਦਾ ਪਿਓ ਹੈ ਉਸ ਬੰਦੇ ਤੇ ਵਾਜਿਬ ਹੈ ਹਾਈ ਕਰੇ ਪੀ ਸਕਲੈਨ ਜੀ ਜਿਵੇਂ ਹੋਰ ਦਰਵਾਜ਼ੇ ਦੇ ਅੰਦਰ ਕਦਮ ਰੱਖੇ। ਅੱਗੇ ਪਿਓ ਆਉਂਦਾ ਹੀ ਤੇ ਦੀਨ ਤਾਜ਼ੀਮ ਵਾਸਤੇ ਉੱਠਦੀ ਹੈ। ਡੋਕਾ ਲਿਓ ਕਿਹੜਾ ਬੰਦਾ ਜਿਹੜਾ ਹੋਵੇ ਸ਼ੀਆ ਆਏ ਨਾ ਕਰੇ, ਅੱਜ ਪਿਓ ਦੀ ਤਾਜ਼ੀਮ ਵਾਸਤੇ ਹੋਰ ਦੀ ਧੀ ਉੱਠੀ ਨਹੀਂ, ਅੱਜ ਬੈਠੀ ਰਹੀ। ਜਿਵੇਂ ਪਿਓ ਕਰੀਬ ਆਏ ਨਾ ਤੇ ਕਾਲੀ ਕਨਾਤ ਦਾ ਇਵੇਂ ਪਾਸ ਵੇਖ ਕੇ ਨਾ ਤੇ ਆਪਣੀ ਕਨਾਤ ਦਾ ਲੜ ਹਟਾ ਕੇ ਕਾਲੀ ਕਨਾਤ ਦੇ ਪਾਸ ਵੇਖ ਕੇ ਆਦੀ ਇਹ ਮਿਲ ਪਿਆ ਤਾਂ ਪਹੁੰਚੇ ਸਾ। ਕੋਈ ਤਬੀਅਤ ਲਾਮੀ ਸ਼ਾਮ ਵਾਲੀ ਸਾਹਿਬ ਮਨਜ਼ੂਰ ਹੈ, ਮਿਲ ਪਿਆ ਤਾਂ ਪਹੁੰਚੇ ਸਾ। ਹੋਰ ਕਰੀਬ ਆਏ ਤੇ ਆਵਾਜ਼ ਦੇ ਕਿਹਾ ਤੇ ਬੇਟਾ ਇਹ ਕਿਹੜਾ ਵਾਅਦਾ ਹੈ ਤੇ ਕਹਿੰਦੇ ਨਾਂ ਦੇ ਤੇ ਰੋਂਦੀ ਕਿਉਂ ਪਈ ਹੈ, ਅੱਜ ਮੇਰੀ ਤਾਜ਼ੀਮ ਵਾਸਤੇ ਵੀ ਨਹੀਂ ਉੱਠੀ। ਧੀ ਦੇ ਪਿਓ ਇਸ ਕੈਫੀਅਤ ਨੂੰ ਨਾ ਸਮਝੇ ਤੇ ਕੌਣ ਸਮਝੇ। ਹੋਰ ਧੀ ਦੇ ਸਰ ਤੇ ਸ਼ੱਕਰ ਦਾ ਹੱਥ ਰੱਖ ਕੇ ਆਦਰ ਮੈਂ ਆਪਣੀ ਫੌਜ ਦਾ ਜਰਨੈਲ ਹਾਂ, ਮੇਰੀ ਜ਼ਿੰਦਗੀ ਵਿੱਚ ਤੇਰੀਆਂ ਅੱਖਾਂ 'ਚ ਆਂਸੂ ਕਹਿ ਨਾ ਲਾਏ। ਕਿਹੜਾ ਸ਼ੀ ਹੈ ਜਿਹੜਾ ਹਾਏ ਨਾ ਕਰੇ ਪਿਓ ਵਾਲੇ ਪਾਸੇ ਵੇਖ ਕੇ ਆਦੀ ਬਾਬਾ ਤੈ ਨਾ ਲਾਏ। ਮੈਂ ਸਭ ਕੇ ਬਾਈ ਸੋਹਣਾ ਗਿਰੀਆ ਸੋਹਣੀ ਹਾਏ ਪਰ ਦੋ ਗੱਲਾਂ ਹੋਰ ਸੁਣ ਲਓ ਆਦੀ ਬਾਬਾ ਤੈ ਨਾ ਲਾਏ। ਹੋਰ ਅੱਧ ਮੈਨੂੰ ਸਮਝ ਨਹੀਂ ਹੋਈ ਕਿੱਥੇ ਗਈਆਂ ਮੈਂ, ਇਹ ਗੱਲਾਂ ਕਹਿੰਦੇ ਨਾਲ ਪਈ ਕਰਦੀਆਂ ਮੈਂ। ਆਦੀ ਬਾਬਾ ਤੂੰ ਮੇਰੇ ਤੇ ਜ਼ੁਲਮ ਕਰੇ ਸੀ, ਅੱਜ ਮੈਂ ਜ਼ੁਲਮ ਨਹੀਂ ਕਰਦਾ ਮੈਨੂੰ ਹਕੀਕਤ ਦੱਸ। ਆਦੀ ਬਾਬਾ ਮੇਰੇ ਦਿਲ ਦੀ ਤਸੱਲੀ ਵਾਸਤੇ ਕਸਮ ਕੀ ਰਕਮਲ ਸ਼ਾਹ ਜੀ ਉਹ ਬੰਦਾ ਸ਼ੀਏ ਹੀ ਨਹੀਂ ਜਿਹੜਾ ਸਤਰ ਤੇ ਆਏ ਨਾ ਕਰੇ। ਉਹ ਰਾਤ ਜੋੜ ਕੇ ਆਦੇ ਮੈਨੂੰ ਮੁਹੰਮਦ ਦੀ ਕਸਮ ਰੋ ਕੇ ਆਦੀ ਬਾਬਾ ਮੱਛਾ ਮੁਹੰਮਦ ਦੀ ਕਸਮ ਮੁਹੰਮਦ ਦਾ ਕਲਮਾ ਪੜ੍ਹ ਦੇ ਉਸ ਦੀਆਂ ਧੀਆਂ ਜੰਗਲੇ ਜੁਗਲੇ ਨਹੀਂ ਸਮਝ ਆਈ ਤੈਨੂੰ ਚਲੋ ਕੀ ਆਦੀ ਬਾਬਾ ਨਾ ਚਾਹ ਕੁਰਾਨ ਦੀਆਂ ਕਸਮਾਂ ਕੁਰਾਨ ਕੋ ਮੰਨੋ ਆ ਕੁਰਾਨ ਦੀਆਂ ਤਫਸੀਰਾਂ ਜੰਗਲਾਂ ਚ ਰੋਦੋ। ਸ਼ਰਮ ਨਾ ਕਰੀ ਸ਼ਰਮ ਨਾ ਕਰੀ ਗਰੀਬਾਂ ਦੀ ਗੁਰਬਤ ਤੇ ਆਏ ਕਰਦਾ ਸਵਾਲ ਗੱਲ ਸੁਣੇ ਬਾਈ। ਹੋਰ ਦੀਦੀ ਆਦੀ ਬਾਬਾ ਅਗਰ ਮੇਰੇ ਦਿਲ ਦੀ ਤਸੱਲੀ ਵਾਸਤੇ ਅਗਰ ਕਸਮ ਚੈਨੇ ਅੱਜ ਸ਼ੀਆ ਨਾ ਰੋਵੇ ਤੇ ਕੌਣ ਰੋਵੇ? ਤੇ ਮੇਰੇ ਬਾਬਾ ਓ ਕਾਲੀ ਕਨਾਤ ਦੇ ਅੱਗੂ ਜਿਹੜਾ ਅਲਮ ਚਾਈ ਖੜਨ ਤੇਰੀ ਏਡੀ ਉੱਚੀ ਆਏ ਨਿਕਲੇ ਮੇਰੇ ਕੰਨਾਂ ਤੱਕ ਤੇਰੀ ਆਵਾਜ਼ ਆਵੇ ਆਦੀ ਬਾਬਾ ਮੇਰੀ ਦਿਲ ਦੀ ਤਸੱਲੀ ਵਾਸਤੇ ਕਸਮ ਚੈਨੇ ਤੇ ਉਸ ਅਲਮ ਵਾਲੇ ਦੀ ਕਸਮ ਚੈਨੇ। ਜੀ ਹੋਰ ਅੱਛਾ ਚਲੋ ਜੇ ਤੇਰਾ ਦਿਲ ਮੁਤਮੈਨ ਇੰਝ ਹੁੰਦਾ ਹੈ ਫਿਰ ਮੈਨੂੰ ਉਸੇ ਅਲਮ ਵਾਲੇ ਦੀ ਕਸਮ ਮੈਂ ਤੈਨੂੰ ਕੁਝ ਨਹੀਂ ਆਉਂਦਾ। ਆਦੀ ਅੱਛਾ ਬਾਬਾ ਹੁਣ ਮੈਂ ਤੈਨੂੰ ਦੱਸਦੀ ਹਾਂ ਬਾਬਾ ਜਿਸ ਨੇ ਕੱਲ੍ਹ ਐਲਾਨ ਹੋਇਆ ਜੋ ਹਰ ਜਰਨੈਲ ਦੀ ਬੀਵੀ ਹਰ ਜਰਨੈਲ ਦੀ ਧੀ ਰੋਵਣ ਤੇਰੇ ਵੇਲੇ ਵਸ ਦੀ ਗੱਲ ਨਹੀਂ ਇਹ ਮੋਹਰ ਵਾਲੀਆਂ ਦੀ ਹੈ ਜਿਹੜੇ ਤੇਰੇ ਹਿੱਸੇ ਦੇ ਆਂਸੂ ਹੋਏ ਉਹ ਜ਼ਰੂਰ ਤਾਰਾ ਸਕਦੇ। ਮੇਰਾ ਕੰਮ ਹੈ ਸਬਕ ਪੈਦਾ ਕਰਨਾ ਗਦਾਗਰੀ ਇਹ ਮੁਕਾਬਲਾ ਨਹੀਂ ਆਜ਼ਾਦਾਰੀ ਹੈ ਬਨਾਵਟ ਨਹੀਂ। ਅਲਮਾ ਦੀ ਕਸਮ ਹੈ ਡੋਕ ਦੇ ਗੈਰਤ ਹੁੰਦਾ ਹੁਣ ਧੀ ਪਿਓ ਦੇ ਸਾਹਮਣੇ ਸ਼ਰੀ ਬਹਿ ਗਈ ਦੋਵੇਂ
ਇਵੇਂ ਘੁੱਟਣੇ ਟੇਕ ਕੇ ਬਹਿ ਗਈ ਤੇ ਹੱਥ ਜੋੜ ਕੇ ਦੀ ਬਾਬਾ ਕੱਲ ਜਿਸਨੇ ਐਲਾਨ ਹੋਇਆ ਵੀ ਹਰ ਜਰਨੈਲ ਦੀ ਬੀਵੀ ਹਰ ਜਰਨੈਲ ਦੀ ਧੀ ਦਰਿਆ 'ਤੇ ਜਾਵੇ ਅਤੇ ਹੁਸਲ ਕਰੇ, ਕੱਲ੍ਹ ਸਾਡੀ ਬਹੁਤ ਬੜੀ ਖੁਸ਼ੀ। ਕੈਫੀਅਤ ਸਮਝੀ ਕਰੋ ਨਾ ਉਹਨਾਂ ਦੇ, ਫਿਰ ਕੀ ਹੋਇਆ ਦੀ ਬਾਬਾ ਐਲਾਨ ਸੁਣੇ ਅਤੇ ਮੈਂ ਆਪਣੀ ਮਾਂ ਨੂੰ ਆਖਿਆ ਅੰਮਾ ਜਾਓ। ਮੇਰੀ ਮਾਂ ਰੋ ਕੇ ਆਉਂਦੀ ਹੈ ਮੇਰਾ ਬੇਟਾ ਮੈਂ ਕਿਵੇਂ ਜਾਵਾਂ, ਮੈਨੂੰ ਜ਼ੈਨਬ ਦੇ ਵਹਿਮ ਨਹੀਂ ਮੰਨਣ ਦਿੰਦੇ। ਮੈਂ ਆਖਿਆ ਬੇਟਾ ਤੁਸੀਂ ਚਲੇ ਜਾਓ, ਤੂੰ ਇੱਕ ਜਰਨੈਲ ਦੀ ਧੀ ਹੈ, ਤੂੰ ਚਲੀ ਜਾ। ਆਦੀ ਅੰਮਾ ਮੈਂ ਕਿਵੇਂ ਜਾਵਾਂ, ਤੈਨੂੰ ਜ਼ੈਨਬ ਦੇ ਵਹਿਮ ਨਹੀਂ ਮੰਨਣ ਦਿੰਦੇ, ਮੈਨੂੰ ਸਕੀਨਾ ਦੇ ਵਹਿਮ ਨਹੀਂ ਮੰਨਣ ਦਿੰਦੇ। ਹੋਰ ਉਹਦਾ ਵੱਲ ਕਿਆ ਆਇਆ ਆਦੀ ਬਾਬਾ ਕਿਆ ਦੱਸਾਂ, ਬਾਬਾ ਮੇਰੀ ਮਾਂ ਆਖਿਆ ਤੂੰ ਚਲੀ ਜਾ, ਮੈਂ ਮਾਂ ਦਾ ਅੱਖ ਮੰਨ ਕੇ ਟੁੱਟੀ ਹਾਂ। ਦਾਈ ਮੇਰੇ ਨਾਲ ਹੈ, ਜਿਸ ਬੰਦੇ ਦੇ ਜ਼ਿਹਨ ਵਿੱਚ ਕਰਬਲਾ ਹੈ ਉਹ ਬੰਦਾ ਮਾਤਮ ਕਰ ਸੀ। ਆਦੀ ਬਾਬਾ ਮੈਂ ਟੁੱਲੀਆਂ ਦਰਿਆ ਦੇ ਕਿਨਾਰੇ ਗਈਆਂ, ਬਾਬਾ ਵੱਧ ਦਰਿਆ ਲੋ ਵੇਖ ਕੇ ਮੈਂ ਆਖਿਆ ਤੂੰ ਠਾਠਾ ਮਾਰ ਕੇ ਪਿਆਵਾਨਾ ਹੈ ਅਲੀ ਦੀਆਂ ਧੀਆਂ ਦੱਸੀਆਂ। ਮਰਹਬਾ ਮਰਹਬਾ ਭਾਈ ਮਰਹਬਾ ਭਾਈ, ਤੂੰ ਠਾਠਾ ਮਾਰ ਕੇ ਪਿਆਵਾਨਾ ਹੈ ਅਲੀ ਦੀਆਂ ਧੀਆਂ ਦੱਸੀਆਂ। ਬਾਬਾ ਤਾਈ ਮੇਰੇ ਨਾਲ ਹੀ, ਬਾਬਾ ਮੈਂ ਦਰਿਆ 'ਚ ਪਾਣੀ 'ਚ ਹੱਥ ਨਹੀਂ ਪਾਇਆ, ਬਾਬਾ ਮੈਂ ਉੱਥੋਂ ਵਾਪਿਸ ਤੁਰ ਪਈਆਂ। ਬਾਬਾ ਮੇਰੇ ਨਕਾਲੀਆਂ ਕਨਾਤਾਂ ਦੇ ਕੋਲ ਗੁਜ਼ਰ ਹੋਇਆ ਔਰ ਉਹਦੇ ਜਿੰਨਾ ਕੋਈ ਨੁਕਸਾਨ ਹੋਵੇ ਔਰ ਆਦੇ ਜਲਦੀ ਕਰ ਦੱਸ ਫਿਰ ਕਿਆ ਹੋਇਆ। ਅਜੀ ਬਾਬਾ ਦਾਈ ਮੇਰੇ ਨਾਲ ਹੀ, ਮੈਂ ਕਾਲੀ ਕਨਾਤ ਦੇ ਬਾਹਰ ਬਿਠੇ ਅਤੇ ਇੱਕ ਮੇਰੇ ਸਿੰਨ ਦੀ ਬੱਚੀ, ਬਾਬਾ ਮੈਂ ਖੈਮੇ ਦੇ ਕਰੀਬ ਗਈ ਹਾਂ ਅਤੇ ਮੇਰੀ ਦਾਈ ਮੇਰਾ ਹੱਥ ਰੱਖ ਕੇ ਆਦੀ, ਬੇਟਾ ਜਾਣਦੀ ਹੈ ਕੌਣ ਹੈ? ਮੈਂ ਆਖਿਆ ਬਾਬਾ ਆਦੇ ਸਾਡੇ ਦੁਸ਼ਮਣ ਨੇ ਮੂੰਹ 'ਤੇ ਹੱਥ ਰੱਖ ਕੇ ਆਦੀ, ਦੁਸ਼ਮਣ ਨਾ ਆਖ ਵੱਡੇ ਲਾਜਵਾਬ ਹੈ। ਮਰਹਬਾ ਭਾਈ ਮਰਹਬਾ, ਮੈਂ ਵੀ ਸੁਣ ਕਰਾਂ, ਦੁਸ਼ਮਣ ਨਾ ਆਖ ਵੱਡੇ ਲਾਜਪਾਲ ਹੈ। ਉਹਨਾਂ ਦੇ ਫਿਰ ਕਿਆ ਹੋਇਆ? ਬਸ ਮੈਂ ਬਿਲਕੁਲ ਇਹਨਾਂ ਦੇ ਕਰੀਬ ਆ ਗਿਆ, ਇਹ ਫਿਰ ਕਿਆ ਹੋਇਆ? ਅਦੀ ਬਾਬਾ ਕਿਆ ਦੱਸਾਂ, ਕੋ ਕਿਆਮਤ ਦਾ ਮੰਜ਼ਰ ਆ। ਬਾਬਾ ਦਾਈ ਮੇਰੇ ਨਾਲ, ਮੇਰਾ ਹੱਥ ਨਾ ਬਸ, ਅਤੇ ਬਾਬਾ ਉਸ ਬੱਚੀ ਦੇ ਮੈਂ ਕਰੀਬ ਗਈ ਹਾਂ। ਬਾਬਾ ਮੈਂ ਆਖਿਆ ਸਾਡੇ ਦੁਸ਼ਮਣ ਹੈ, ਬਾਬੇ ਮਨਾ ਕੀਤਾ ਇਹ ਸਾਡੇ ਦੁਸ਼ਮਣ ਹੈ। ਆਦੀ ਦੁਸ਼ਮਣ ਨਾ ਆਖ ਵੱਡੇ ਕਰੀਮ ਹੈ। ਆਦੀ ਬਸ ਬਾਬੇ ਦੀ ਮਨ ਹੈ, ਅਸਾਂ ਨਹੀਂ ਮਿਲਦੇ। ਆਦੀ ਬਾਬਾ ਢੇਰ ਸਾਰੀਆਂ ਬੀਬੀਆਂ ਢੇਰ ਸਾਰੀਆਂ ਬੱਚੀਆਂ ਕਨਾਤ ਦੇ ਦਰਵਾਜ਼ੇ ਨਾਲ ਖੜੀਆਂ। ਬਾਬਾ ਜੀ ਮੈਂ ਵਾਪਸ ਮੁੜੀਆਂ ਨਾ, ਕੌਣ ਸੁਣੇ ਅਤੇ ਕੌਣ ਹਾਏ ਕਰੇ? ਬਾਬਾ ਜੀ ਮੈਂ ਅੱਠਵੇਂ ਕਦਮ 'ਤੇ ਨਹੀਂ ਆਈ ਅਤੇ ਬਾਬਾ ਪਿੱਛੋਂ ਮੈਂ ਬੋਲਣ ਦੇ ਕੋਈ ਆਦੀ ਹੈ ਵਿਰਾਹ ਦੀ ਧੀ ਵਾਲਾ। ਬਾਬਾ ਗਰੀਬਾਂ ਦੀ ਗੁਰਬਤ 'ਤੇ ਕੋਈ ਪਤਾ ਨਹੀਂ ਜ਼ਿੰਦਗੀ ਦਾ ਕਿਹੜੇ ਮੋੜ 'ਤੇ ਹੋ ਜਾਵੇ। ਕੋਈ ਕੋਈ ਆਦੀ ਹੈ ਚਾਚੇ ਦੀ ਧੀ ਵੱਲਾ, ਕੋਈ ਆਦੀ ਹੈ ਮਾਮੇ ਦੀ ਧੀ ਵੱਲਾ, ਹੋਰ ਨੂੰ ਬੋਲ ਪੈ ਗਏ। ਜੇ ਲਿਆ ਆਖਿਆ ਨਾ ਵੀ ਬਾਬਾ ਉਸ ਬੀਬੀ ਆਖਿਆ ਵਿਰਾਹ ਦੀ ਧੀ ਵੱਲਾ, ਮਿੰਬਰ ਦੀ ਕਸਮ ਹੈ ਮਿੱਟੀ 'ਤੇ ਟੱਕਰ ਮਾਰ ਕੇ ਆਉਂਦੇ, ਨਾ ਜੰਗਲਾਂ 'ਚ ਆਵੇ ਆ ਨਾ ਨੌਕਰਾਂ ਕੋਲ ਵਿਰਾਹ ਸਕੇ। ਉਹਦੇ ਵੱਲ ਕਿਆ ਹੋਇਆ ਦੀ ਬਾਬਾ, ਮੈਂ ਅੰਦਰ ਦਾਖਲ ਹੋਈ, ਬਾਬਾ ਮੇਰੇ ਡਿੱਠੇ ਇੱਕ ਬੀਬੀ ਹੈ ਜਿਹੜੀ ਵੱਡੀ ਇੱਜ਼ਤਾਂ ਦੀ ਖਾਤੂਨ ਹੈ। ਬਾਬਾ ਉਹ ਕੁਰਸੀ 'ਤੇ ਬੈਠੀ ਆਈ, ਬਾਕੀ ਔਰਤਾਂ ਮਿੱਟੀ 'ਤੇ। ਅਦੀ ਬਾਬਾ ਮੈਂ ਮਰ ਜਾਵਾਂ ਕੋ ਕਿਆਮਤ ਦਾ ਮੰਜ਼ਰ ਆ, ਉਸ ਕੁਰਸੀ ਵਾਲੀ ਬੀਬੀ ਮਹਿਨਾਂ ਦਾ ਵੇਖ ਕੇ ਕੁਰਸੀ ਛੋੜ ਦਿੱਤੀ। ਬੰਦਾ ਹੀ ਬੜਾ ਅਮੀਰ ਹੈ ਜਿਹੜਾ ਨੌ ਮੁਹਰਮ ਨਾ ਕਰੇ, ਜਿਹੜਾ ਧੀ ਦਾ ਪਿਓ ਬੈਠਾ ਉਹਨਾਂ ਤੇ ਜਲਦੀ ਕਰ। ਫਿਰ ਕਿਆ ਹੋਇਆ? ਉੱਚਾ ਰੋ ਕੇ ਆਦੀਏ ਬਾਬਾ ਕੁਰਸੀ ਛੋੜ ਕੇ ਨਾ, ਤੇ ਮੈਨੂੰ ਆਦੀਏ ਤੂੰ ਆ ਕੁਰਸੀ ਤੇ ਬਹੁ। ਮੈਂ ਆਖਿਆ ਮੈਨੂੰ ਪਤਾ ਲੱਗਿਆ ਤੂੰ ਸਾਲੀ ਸਰਦਾਰ ਜੈਸੇ ਪਿਓ ਦੀ ਧੀ ਹੋ, ਤੂੰ ਅਲੀ ਦੀ ਧੀ ਹੋ ਕੇ ਮਿੱਟੀ ਤੇ, ਮੈਂ ਨੌਕਰ ਦੀ ਧੀ ਹੋ ਕੇ ਕੁਰਸੀ ਤੇ। ਮੇਰੇ ਗੱਲ ਵਿੱਚ ਮਾਈ ਪਾ ਕੇ ਆਦੀ ਆਈ, ਹੁਣ ਦੀ ਧੀ ਨਹੀਂ ਤੂੰ ਕੁਰਸੀ ਤੇ ਬਹੁ, ਤੂੰ ਦਰਿਆਵਾਂ ਦੇ ਮਾਲਕ ਦੀ ਧੀ ਹੈ। ਉਹਦੇ ਵੱਲ ਕਿਆ ਹੋਇਆ? ਖਤਮ ਮਜਲਿਸ, ਸੋਹਣਾ ਰੂਪ ਹੋਇਆ।
ਉਹਨਾਂ ਦੇ ਵੱਲ ਕੀ ਹੋਇਆ ਦੀ ਬਾਬਾ ਕੋ ਕਿਆਮਤ ਦਾ ਮੰਦਰ ਆ ਤੈਨੂੰ ਕੀ ਦੱਸਾਂ ਉਹਨਾਂ ਕੋ ਮੇਰੇ ਨਾਲ ਇੰਜ ਪਿਆਰ ਕੀਤਾ ਜਿਵੇਂ ਸੱਕੀ ਮਾਂ ਜੀ ਨਾਲ ਕਰਦੀ ਇਸ ਇਲਾਕੇ ਦੇ ਗੈਰਤਮੰਦ ਹੋਰਾਂ ਦੇ ਜਲਦੀ ਦੱਸਾਂ ਫਿਰ ਕਿਆ ਹੋਇਆ ਨੁਕਸਾਨ ਹੋਇਆ ਬਾਬਾ ਕਿਆਮਤ ਦਾ ਮੰਜ਼ਰ ਆ ਤੂੰ ਆਦਾ ਵੇ ਦੁਸ਼ਮਣ ਬਾਬਾ ਮੇਰੇ ਨਾਲ ਬੜਾ ਪਿਆਰ ਕੀਤਾ ਵੇ ਬਾਬਾ ਉਸ ਮੁਅੱਜ਼ਮ ਬੀਬੀ ਮੈਨੂੰ ਜੋਰੀ ਚ ਮਿਲਾਇਆ ਕੋਈ ਇਸ਼ਾਰਾ ਕੀਤਾ ਹਰ ਬੀਬੀ ਆਪਣੇ ਖੇਮੇ ਚ ਗਈ ਹੈ ਆਦੀ ਵੇ ਬਾਬਾ ਮੈਂ ਮਰ ਮੰਜਾ ਗਈਆਂ ਇਹਨਾਂ ਹੱਥੋਂ ਖਾਲੀ ਵਾਪਿਸ ਆਈਆਂ ਕਹਿੰਦੇ ਹੱਥੇ ਬੁਰਕਾ ਕੋਈ ਕਿਆਮਤ ਦਾ ਮੰਜ਼ਰ ਆ ਇੱਕ ਗੱਛੜੀ ਬਣਾ ਕੇ ਉਸ ਬੀਬੀ ਮੇਰੇ ਹੱਥਾਂ ਤੇ ਰੱਖੀ ਹੈ ਆਦੀ ਵੇ ਬਾਬਾ ਅੱਲਾ ਮੈਨੂੰ ਮੌਤ ਦੇ ਦੇਵੇ ਮੈਂ ਮੰਜ਼ਰ ਨਾ ਸੁਣਾਵਾ ਆਦੀ ਵੇ ਬਾਬਾ ਮੈਂ ਤੁਰੰਤ ਇਰਾਦਾ ਕੀਤਾ ਮੇਰੇ ਦੋ ਸਿੰਘ ਦੀਆਂ ਬੱਚੀਆਂ ਮੇਰੇ ਸਾਹਮਣੇ ਆ ਖੜੀਆਂ ਆਦੀ ਬਾਬਾ ਮੇਰੇ ਮੋਢੇ ਤੇ ਹੱਥ ਰੱਖਿਆ ਆਦੀ ਮਾਮੇ ਹੋਰ ਦੀਦੀ ਇਹ ਸਾਡਾ ਵੀ ਛੋਟਾ ਜਿਹਾ ਤੋਹਫਾ ਕਬੂਲ ਕਰ ਲੈ ਅਸਾਂ ਮੁਸਲਮ ਦੀਆਂ ਹੁਸੈਨ ਬਚ ਜਾਵੇ ਕਿਸਮਤ ਅਲੀ ਦੀਆਂ ਧੀਆਂ ਦੀ ਹੁਸੈਨ ਨਾ ਬਚਿਆ ਮਿੰਬਰ ਦੀ ਕਸਮੇ ਢੋਕ ਲਿਓ ਕਰਬਲਾ ਦੀ ਨਗਰੀ ਪਈ ਹਲਦੀ ਹੋਰਾਂ ਦੇ ਜੱਲੀ ਦੱਸਾ ਫਿਰ ਕਿਆ ਹੋਇਆ ਜਿਹਨਾਂ ਗਲੀਆਂ ਬਾਜ਼ਾਰਾਂ ਚ ਮਾਤਮ ਕਰਨਾ ਹੈ ਉਹ ਮਿੰਬਰ ਦੀ ਕਸਮ ਆਦੀ ਬਾਬਾ ਸਾਰੀਆਂ ਬੀਬੀਆਂ ਮੈਨੂੰ ਵਿਦਾ ਕਰਨ ਖੈਮੇ ਦੇ ਦਰਵਾਜ਼ੇ ਤੇ ਆਈਆਂ ਆਦੀ ਬਾਬਾ ਮੈਂ ਤੁਰੰਤ ਦਾ ਇਰਾਦਾ ਕੀਤਾ ਉਹ ਮੇਰੇ ਸਿੰਘ ਦੀ ਬੱਚੀ ਮੇਰਾ ਹੱਥ ਨਾ ਪਿਆ ਉੱਚਾ ਰੋ ਕੇ ਆਦੀ ਚਾਚੇ ਦੀਦੀ ਤੂੰ ਦੱਸਾ ਤੈਨੂੰ ਬੁਲਾਇਆ ਕਹਿ ਮੈਂ ਆਖੇ ਬੀਬੀ ਤੁਸਾਂ ਬੁਲਾਇਆ ਗੱਲ ਚ ਬਾਈ ਪਾ ਕੇ ਆਦੀ ਫਿਰ ਮੈਨੂੰ ਮਿਲੇ ਬਗੈਰ ਕਿਵੇਂ ਤੁਰ ਪਈਏ ਆਦੀ ਵੇ ਬਾਬਾ ਕਿਆਮਤ ਦਾ ਮੰਜ਼ਰ ਆ ਮੇਰਾ ਹੱਥ ਨਾਪ ਕੇ ਅਲੈਦਾ ਖੇਮੇ ਚ ਘਿਣ ਗਈ ਆ ਜਿੰਨਾ ਝੋਲੀਆਂ ਚ ਛੋਟੇ ਬੱਚੇ ਨੇ ਮੈਂ ਮਰ ਜਾਵਾਂ ਸੱਤਰ ਨਾ ਪੜਾ ਢੋਕ ਲੈ ਰੋ ਕੇ ਆਦੇ ਫਿਰ ਕਿਆ ਹੋਇਆ ਉੱਚਾ ਰੋ ਕੇ ਆਦੀ ਵੇ ਬਾਬਾ ਮੈਂ ਖੇਮੇ ਦੇ ਅੰਦਰੋਂ ਗਈਆਂ ਬਾਬਾ ਉਸ ਖੇਮੇ ਚ ਛੋਟਾ ਜਿਹਾ ਪੀਂਗਾ ਹਾਂ ਚਾਚੇ ਨੂੰ ਸਦੇਂਦੀਆਂ ਤੈਨੂੰ ਆਪਣੇ ਕਹਿਮੇ ਤੱਕ ਪੁਲਾ ਦੇਂਦਾ ਹੱਕਲ ਮਾਰ ਕੇ ਆਦੀ ਚਾਚਾ ਮੇਰੇ ਨੇੜੇ ਆ ਅਨਾ ਰੋਵੇ ਗੁਨਾਹਾਂ ਦੀ ਮਾਫੀ ਮੰਗ ਲਵੇ ਢੋਕ ਤੇ ਗੈਰਤਮੰਦਾ ਹੋਰਾਂ ਦਾ ਫਿਰ ਕਿਆ ਹੋਇਆ ਹੱਥ ਜੋੜ ਕੇ ਆਦੀ ਵੇ ਬਾਬਾ ਕੋਈ ਘੋੜ ਸਵਾਰ ਆ ਜਨ ਮੇਰੇ ਨੇੜੇ ਆ ਖੜੇ ਬਾਬਾ ਬੱਚੀ ਹੱਥ ਜੋੜ ਕੇ ਆਦੀ ਵੇ ਚਾਚਾ ਮੇਰੇ ਚਾਚੇ ਹੋਰ ਦੀਦੀ ਹੈ ਇਹਨੂੰ ਆਪਣੇ ਨਾਲ ਬਿਠਾ ਤੇ ਖੈਮੇ ਪਹੁੰਚਾ ਮਿੰਬਰ ਦੀ ਕਸਮ ਹੈ ਹੋਰਾਂ ਦੇ ਬਾਬਾ ਉਸ ਮੈਨੂੰ ਘੋੜੇ ਤੇ ਨਾਲ ਬਿਠਾਏ ਬਾਬਾ ਮੇਰੇ ਨਾਲ ਹੀ ਮੈਂ ਪਿਆਰ ਕੀਤਾ ਜਿਵੇਂ ਸਕੇ ਪਿਓ ਧੀਆਂ ਨਾਲ ਪਿਆਰ ਕਰੇ ਨੇ ਨਾਲੋਂ ਮੈਂ ਤੇਰੇ ਮੁਕੱਦਰ ਦੀ ਬਾਤ ਆਦੀ ਵੇ ਬਾਬਾ ਘੋੜ ਸਵਾਰ ਮੈਨੂੰ ਖੈਮੇ ਤੇ ਲਹਾਇਆ ਮੈਨੂੰ ਆ ਗਈ ਬੇਟਾ ਤੇਰੇ ਨਾਲ ਕੋਈ ਔਖੀ ਬਣੇ ਤੇ ਮੈਨੂੰ ਗੌਰ ਨਾਲ ਵੇਖ ਮੇਰਾ ਨਾਂ ਅੱਬਾਸ ਮੈਂ ਹੈਦਰ ਕਰਨਾਲ ਦਾ ਪੁੱਤਰ ਸ਼ਾਮ
صدقے جانا بہنو پی پڑھدا جائے تے ملک وچ مدد سمو گئی نا الموالا تیری محافظت فرماوے صدا جوڑ رحمت می شبیر دے شالا بہناں نو ماواں نو نصیب ہو جڑے کڑیا جوان پھیروندے ہو میری لاکری کوئی نہیں قران دی قسم اے تینو درد دے حسین دے اکبر دا تے حسین دے بابے دا علم تے حق رکھ کے پیا دا جھوٹ بولنا جتنے سید بیٹھے ہو جڑے ماواں منبر دی قسم اے اور امتحان دی خاطر اکمل شاہ جی چا تو لاری اے حق کلمہ